ਕਿਡਨੈਪਿੰਗ ਬਹੁਤ ਜ਼ਿਆਦਾ ਵੱਧ ਗਈਆਂ ਹਨ। ਇਸ ਦੇ ਨਾਲ ਹੀ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ। ਸੜਕ ਤੋਂ ਇੱਕ ਔਰਤ ਤੇ ਬੱਚਾ ਜਾ ਰਹੇ ਸਨ। ਉਸ ਦੇ ਪਿੱਛੋਂ ਇੱਕ ਵਿਅਕਤੀ ਨੇ ਆਣ ਕੇ ਉਹਨਾਂ ਨੂੰ ਧੱਕਾ ਮਾਰ ਦਿੱਤਾ ਅਤੇ ਔਰਤ ਨੂੰ ਨੀਚੇ ਸੁੱਟ ਦਿੱਤਾ ਤੇ ਬੱਚੇ ਨੂੰ ਉਠਾਉਣ ਦੀ ਕੋਸ਼ਿਸ਼ ਕੀਤੀ, ਪਰ ਔਰਤ ਜਲਦੀ ਤੋਂ ਜਲਦੀ ਉੱਠ ਕੇ ਬੱਚੇ ਨੂੰ ਖੋ ਕੇ ਨੇੜੇ ਦੇ ਘਰ ਦੇ ਵਿੱਚ ਚਲੀ। ਆਓ ਤੁਸੀਂ ਵੀ ਉਹਨਾਂ ਦੀ ਗੱਲ ਸੁਣੋ। ਉਸ ਤੋਂ ਬਾਅਦ ਮੈਂ ਕੁਦਰਤੀ ਬਹਿ ਗਿਆ ਜੀ ਤੇ ਮੈਂ ਜਾ ਕੇ ਉਹਨੂੰ ਪਿੱਛੋਂ ਫੜ ਕੇ ਮੈਂ ਸਿੱਟਿਆ ਜੀ। ਨਾਲ ਹੀ ਘਰ ਹੈਗਾ ਜੀ ਸਾਡੇ ਗੁਆਂਢੀ ਦੇ ਘਰੇ ਜਾ ਵੜੀ ਸੀ ਇਹ ਭੱਜ ਕੇ ਤੇ ਉਹ ਮੈਂ ਆਇਆ ਜੀ। ਮੈਂ ਉਹਦਾ ਗਲਾ ਪਿੱਛੋਂ ਫੜ ਕੇ ਮੈਂ ਸਿੱਟਤਾ ਜੀ ਥੱਲੇ ਤੇ ਉਹਨੂੰ ਫਿਰ ਉਹ ਉੱਟ ਚੱਕ ਕੇ ਖੜਾ ਹੋ ਗਿਆ ਜੀ ਮਾਰਨ ਵਾਸਤੇ ਜੀ। ਫਿਰ ਉਸ ਤੋਂ ਬਾਅਦ ਸਾਰਾ ਮੁਹੱਲੇ ਵਾਲੇ ਕਰਕੇ ਇਕੱਠੇ ਹੋ ਗਏ। ਫਿਰ ਉਸ ਤੋਂ ਬਾਅਦ ਰੋਲਾ ਜਿਹਾ ਬਾਹਲਾ ਪੈ ਗਿਆ ਜੀ। ਫਿਰ ਉਸ ਤੋਂ ਬਾਅਦ ਥਾਣੇ 'ਚ ਫੋਨ ਕਰਤਾ ਜੀ।